ਬੇਰੁਜ਼ਗਾਰੀ ਨੇ ਸੂਬੇ ਦੇ ਨੌਜਵਾਨਾਂ ਨੂੰ ਵਿਦੇਸ਼ ਵੱਲ ਜਾਣ ਲਈ ਮਜਬੂਰ ਕਰ ਦਿੱਤਾ ਹੈ, ਜਿਸ ਦਾ ਖਾਮਿਆਜ਼ਾ ਨੌਜਵਾਨਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪੈਂਦਾ ਹੈ। ਅਜਿਹਾ ਇੱਕ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜਸ਼ੰਕਰ ਦੇ ਪਦਰਾਣਾ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦਾ ਇੱਕ ਨੌਜਵਾਨ ਸੁਰਜੀਤ ਸਿੰਘ ਆਪਣੇ ਪਰਿਵਾਰ ਦੇ ਲਈ ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਿਆ ਸੀ, ਪਰ ਉਸ ਤੋਂ ਉੱਥੋਂ ਦੀ ਗਰਮੀ ਝੱਲ ਨਹੀਂ ਹੋਈ, ਜਿਸ ਦੇ ਕਾਰਨ ਹਾਰਟ ਅਟੈਕ ਆਉਣ ਤੋਂ ਬਾਅਦ ਉਸਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸੁਰਜੀਤ ਸਿੰਘ ਦੀ ਲਾਸ਼ ਰਹੱਸਮਈ ਹਾਲਾਤਾਂ 'ਚ ਗਾਇਬ ਹੋ ਗਈ ਸੀ। ਸਥਾਨਕ ਪੁਲਿਸ ਨੇ ਲਾਸ਼ ਬਰਾਮਦ ਕੀਤੀ, ਜਿਸ ਦੀ ਪਛਾਣ ਸੁਰਜੀਤ ਸਿੰਘ ਦੇ ਰੂਪ 'ਚ ਹੋਈ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਉਸਦੀ ਲਾਸ਼ ਨੂੰ ਲਿਆਉਣ ਲਈ ਬੜੀ ਕੋਸ਼ਿਸ਼ ਕੀਤੀ, ਪਰ ਪਰਿਵਾਰ ਨਾਕਾਮ ਰਿਹਾ। ਫਿਰ ਪਰਿਵਾਰ ਨੇ ਸਰਬੱਤ ਦਾ ਭਲਾ ਸੰਸਥਾ ਨਾਲ ਸੰਪਰਕ ਕੀਤਾ। ਬੀਤੇ ਦਿਨ ਸੁਰਜੀਤ ਸਿੰਘ ਦੀ ਲਾਸ਼ ਘਰ ਲਿਆਂਦੀ ਗਈ, ਜਿਸ ਤੋਂ ਬਾਅਦ ਪਰਿਵਾਰ 'ਚ ਮਾਤਮ ਦਾ ਮਾਹੌਲ ਛਾ ਗਿਆ। ਸੁਰਜੀਤ ਸਿੰਘ ਦੀ ਮੌਤ ਦੀ ਖਬਰ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਸਰਕਾਰ ਤੋਂ ਮਾਲੀ ਸਹਾਇਤਾ ਦੀ ਗੁਹਾਰ ਲਗਾਈ ਹੈ ਤਾਂ ਕਿ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ। ਰਿਲੇਟਿਵਸ ਜਿਹੜੇ ਆ ਹੁਸ਼ਿਆਰਪੁਰ ਰਹਿੰਦੇ ਹੈਗੇ, ਸਾਡੇ ਕੋਲ ਉਹਨਾਂ ਨੇ ਸੰਪਰਕ ਕੀਤਾ ਕਿ ਇੰਜਨ ਦੁਬਈ ਡੈਥ ਹੋ ਗਈ ਹੈਗੀ ਹੈ, ਅਤੇ ਅਸੀਂ ਇਹਨਾਂ ਕੋਲੋਂ ਸਾਰਾ ਉਹਨਾਂ ਦੀ ਡਿਟੇਲਸ ਮੰਗੀਆਂ ਕੀ ਡਿਟੇਲਸ ਹੈ, ਪਾਸਪੋਰਟ ਵਗੈਰਾ ਇਹਨਾਂ ਕੋਲ ਕਾਪੀ ਸੀ, ਅਤੇ ਫਿਰ ਅਸੀਂ ਆਪਣੇ ਜਿਹੜੇ ਸਾਡੇ ਚੇਅਰਮੈਨ ਹੈ ਡਾਕਟਰ ਐਸ ਪੀ ਸਿੰਘ ਉਬਰਾਏ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ, ਅਸੀਂ ਉਹਨਾਂ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੇ ਬੋਡੀ ਕੋਲ ਆਪਣਾ ਜਾ ਕੇ ਅਤੇ ਸਾਰੀ ਇੰਕੁਆਇਰੀ ਕੀਤੀ ਕਿ ਬੋਡੀ ਕੀ ਹੈ, ਜੋ ਵੀ ਐਫਰਟਸ ਹੈ ਉੱਥੇ, ਫਿਰ ਜੋ ਵੀ ਕਲੀਅਰੈਂਸ ਜੋ ਕਿ ਉਹਨਾਂ ਨੇ ਕਰਵਾਉਣੀ ਸੀ ਐਫਰਟਸ ਕਰਕੇ, ਕਿਉਂਕਿ ਇਹ ਸੀ ਆਈ ਡੀ ਕੋਲ ਕੇਸ ਚਲਾ ਗਿਆ ਸੀ, ਇਸ ਕਰਕੇ ਬੋਡੀ ਲੇਟ ਹੋ ਗਈ ਹੈ। ਪਰਿਵਾਰਿਕ ਮੈਂਬਰ ਕਰਕੇ ਸਾਡੇ ਟਰੱਸਟ ਦੇ ਲੋਕਲ ਯੂਨਿਟ ਦੇ ਹੁਸ਼ਿਆਰਪੁਰ ਦੇ ਆਏ ਆ, ਸਾਨੂੰ ਓਬਰਾਏ ਸਾਹਿਬ ਨੇ ਭੇਜਿਆ ਹੈਗਾ, ਅਸੀਂ ਇੱਕ ਐਫ ਆਈ ਤਿਆਰ ਕਰਨੀ ਹੈਗੀ ਹੈ ਕਿ ਪਰਿਵਾਰ ਕਿਸ ਟਾਈਪ ਦੀ ਇਹਨਾਂ ਨੂੰ ਨੀਡ, ਜੋ ਵੀ ਹੈਲਪ ਚਾਹੀਦੀ ਹੋਏਗੀ, ਸਾਡਾ ਟਰੱਸਟ ਹਮੇਸ਼ਾ ਹਰ ਫੈਮਿਲੀ ਵਾਸਤੇ ਖੜ੍ਹਾ ਹੈ। ਇਹਨਾਂ ਦੇ ਵੀ ਅਸੀਂ ਅੱਜ ਐਫ ਆਈ ਕਰਕੇ ਜਾਵਾਂਗੇ ਕਿ ਬੱਚਿਆਂ ਦੀ ਸਟੱਡੀ ਵਾਸਤੇ ਲੋੜ ਹੈ ਜਾਂ ਇਹਨਾਂ ਦੇ ਰੋਜ਼ਗਾਰ ਵਾਸਤੇ ਕੋਈ ਵੀ ਜੋ ਵੀ ਚੀਜ਼ ਚਾਹੀਦੀ ਹੋਏਗੀ, ਅਸੀਂ ਰਿਪੋਰਟ ਇੱਕ ਬਣਾ ਕੇ ਲੈ ਕੇ ਜਾਵਾਂਗੇ ਅਤੇ ਅਸੀਂ ਆਪਣੇ ਟਰੱਸਟ ਦੇ ਜਿਹੜੇ ਸਾਡੇ ਚੇਅਰਮੈਨ ਉਹਨਾਂ ਨੂੰ ਦਾਂਗੇ, ਅਤੇ ਫਿਰ ਜੋ ਵੀ ਸਾਡੇ ਕੋਲ ਵੱਧ ਤੋਂ ਵੱਧ ਹੈਲਪ ਹੋ ਪਾਏਗੀ ਅਤੇ ਸਾਡਾ ਟਰੱਸਟ ਕਰੇਗਾ ਹੈਗੀ ਹੈ। ਪਰ ਸਾਡਾ ਜਿਹੜਾ ਟਰੱਸਟ ਹੈ, ਸਾਡੇ ਜਿਹੜੇ ਚੇਅਰਮੈਨ ਹੈ, ਉਹਨਾਂ ਦਾ ਨੇਚਰ ਹੀ ਹੈ ਕਿ ਅਸੀਂ ਮਾਨਵਤਾ ਦੀ ਸੇਵਾ ਕਰਨੀ ਹੈ, ਅਸੀਂ ਕਿਸੇ ਸਰਕਾਰ ਜਾਂ ਕਿਸੇ ਇਨਸਾਨ ਜਾਂ ਕਿਸੇ ਨਾਲ ਸਾਡਾ ਨਹੀਂ ਹੈ। ਜਿੰਨੇ ਵੀ ਸਾਡੇ ਟਰੱਸਟ ਦੇ ਮੈਂਬਰ ਹੈ ਸਭ ਅਨਪੇਡ ਹੈ, ਕੋਈ ਸੈਲਰੀ ਨਹੀਂ ਲੈਂਦਾ, ਉਹ ਸਾਡੇ ਜਿਹੜੇ ਓਬਰਾਏ ਸਾਹਿਬ ਹੈ, ਜਿੰਨੀ ਉਹਨਾਂ ਦੀ ਇਨਕਮ ਹੈ ਉਹ 98% ਡੋਨੇਟ ਕਰ ਦਿੰਦੇ ਆਪਣੀ ਇਨਕਮ ਦਾ, ਔਰ ਸਿਰਫ ਭਲਾਈ ਦੇ ਕੰਮ ਵਾਸਤੇ ਹੀ ਲਾਉਂਦੇ। ਇਸ ਕਰਕੇ ਸਾਨੂੰ ਕਿਸੇ ਸਰਕਾਰ ਨਾਲ ਕੋਈ ਨਹੀਂ ਹੈਗਾ ਕਿ ਆਪਾਂ ਤਾਂ ਆਪਣਾ ਕੰਮ ਹੀ ਕਰਨਾ ਹੈ। ਬਸ ਉੱਡ ਦੌੜਦਾ ਆਪਾਂ ਤਾਂ ਲੱਗਿਆ, ਪਹਿਲਾਂ ਤਾਂ ਸਾਡੇ ਨਾਲ ਗੱਲਾਂ ਬਾਤਾਂ ਹੋਈਆਂ, 10 ਤੋਂ ਲੈ ਕੇ 12 ਤੱਕ ਮੇਰੇ ਨਾਲ ਗੱਲਾਂ ਕਰੀਆਂ 2 ਦਿਨ, ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਲੱਗਾ ਇਹਦਾ ਕੁਛ ਵੀ, ਉਸ ਤੋਂ ਬਾਅਦ ਨਹੀਂ ਸਾਨੂੰ ਲੱਭਿਆ। ਅਸੀਂ ਸਾਰੇ ਪਤਾ ਕਰਦੇ ਰਹੇ ਹਾਂ ਵੀ ਕਿੱਥੇ ਗਿਆ ਕਿੱਥੇ ਨਹੀਂ। 24 ਤਰੀਕ ਨੂੰ ਸਾਨੂੰ ਖਬਰ ਆਈ ਆ ਵੀ ਡੈਡ ਬੋਡੀ ਮਿਲੀ ਆ, ਬਾਕੀ ਸਾਨੂੰ ਹੋਰ ਉੱਧਰ ਦਾ ਕੁਛ ਨਹੀਂ ਪਤਾ ਕਿੱਦਾਂ ਹੋਇਆ। ਹੁਣ ਘਰੇਲੂ ਹਾਲਾਤ ਕੀ ਹੈ? ਘਰੇਲੂ ਹਾਲਾਤ ਸਾਰਿਆਂ ਦੇ ਸਾਹਮਣੇ ਆ, ਮਕਾਨ ਨਾ ਕੋਈ ਘਰ ਨਾ ਕੋਈ ਘਾਟ ਨਾ ਉਹਨੇ ਬਣਿਆ, ਬਸ ਛੋਟੇ ਬੱਚੇ ਤੋਂ ਉਹਦੇ ਮਾਈ ਬੇਟੀ ਆ, ਪੂਰੇ ਪਰਿਵਾਰ ਨੂੰ ਸੰਭਾਲਦਾ ਸੀਗਾ, ਪਹਿਲਾਂ ਭਰਾ ਦੇ ਬੱਚੇ ਪਾਲੇ, ਹੁਣ ਉਹ ਆਪਣੇ ਪਾਲਦਾ ਸੀਗਾ, ਸਾਡੇ ਵੀ ਕਰਦਾ ਜਾਂਦਾ ਹੁੰਦਾ ਸੀਗਾ। ਇੱਕੋ ਇਹੀ ਸਹਾਰਾ ਸੀ ਸਾਡਾ, ਇਹੀ ਸਹਾਰਾ ਸੀ ਸਾਡਾ ਇੱਕੋ ਇੱਕ, ਇਹ ਵੀ ਰੱਬ ਨੇ ਲੁੱਟ ਪਾ ਲਈ ਸਾਡੇ, ਕਾਕੂ ਨੇ ਕੁਛ ਵੀ ਦੱਸਿਆ ਜਾਂਦਾ ਭਾਜੀ ਕਾਕੂ ਸਾਹਮਣੇ।